ਕੀ ਅਜਿਹੇ ਦੇ ਵਿੱਚ ਉਹ ਚੋਣ ਲੜ ਸਕਦੇ ਨੇ? ਕੋਈ ਕਾਨੂੰਨੀ ਪੇਚ ਤਾਂ ਨਹੀਂ ਫਸੇਗਾ? ਉਹ ਬੰਦੇ ਚੋਣ ਲੜ ਸਕਦੇ ਨੇ ਜਿਨ੍ਹਾਂ ਨੂੰ ਕਿਸੇ ਕੋਰਟ ਨੇ ਕਨਵਿਕਟ ਗਿਲਟੀ ਨਾ ਕੀਤਾ ਹੋਵੇ ਜਾਂ ਉਹ ਕਨਵਿਕਟਡ ਨਾ ਹੋਣ। ਸਰਦਾਰ ਅੰਮ੍ਰਿਤਪਾਲ ਸਿੰਘ ਇਸ ਵੇਲੇ ਕਿਸੇ ਵੀ ਕੇਸ ਦੇ ਵਿੱਚ ਕਨਵਿਕਟਡ ਨਹੀਂ ਹੈਗੇ, ਭਾਵ ਕਿ ਗਿਲਟੀ ਨਹੀਂ ਕਰਾਰ ਦਿੱਤੇ ਗਏ। ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਉਹਨਾਂ ਨੂੰ ਪ੍ਰਿਵੈਂਟਿਵ ਮੇਜਰ ਥੱਲੇ ਰੱਖਿਆ, ਕਿਸੇ ਤਰੀਕੇ ਉਹਨਾਂ ਨੂੰ ਕਿਸੇ ਵੀ ਕੇਸ 'ਚ ਦੋਸ਼ੀ ਨਹੀਂ ਠਹਿਰਾਇਆ ਗਿਆ। ਸੋ ਇਸ ਸਧਰਮ ਦੇ ਵਿੱਚ ਉਹ ਜਿਹੜੀ ਆ ਚੋਣ ਲੜਨ 'ਚ ਬਿਲਕੁਲ ਪਰਫੈਕਟ ਨੇ, ਐਲੀਜੀਬਲ ਨੇ। ਜਿਸ ਤਰ੍ਹਾਂ ਉਹਨਾਂ ਦੇ ਅਜਰਾਲਾ ਥਾਣੇ ਵਾਲਾ ਕੇਸ ਵੀ ਚੱਲ ਰਿਹਾ, ਉਹ ਵੀ FIR ਦਰਜ ਆ, ਕਿ ਜੇਕਰ ਉਹਦੇ 'ਤੇ ਟ੍ਰਾਇਲ ਚੱਲਦਾ ਕਿ ਅਜਿਹੇ ਦੇ ਵਿੱਚ ਉਹ ਵੀ ਕੋਈ ਅੜਚਨ ਪੈਦਾ ਹੋ ਸਕਦੀ? ਹਜੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਉਸ ਕੇਸ 'ਚ ਅਕਿਊਜ਼ ਮੰਨੇ ਜਾਣਗੇ। ਅਕਿਊਜ਼ ਦਾ ਮਤਲਬ ਇਹ ਹੈ ਕਿ ਉਹ ਦੋਸ਼ੀ ਨਹੀਂ ਹੈਗੇ। ਕਿ ਸਿਮਰਨਜੀਤ ਸਿੰਘ ਮਾਨ ਜੀ ਜੇਲ੍ਹ 'ਚ ਬੰਦ ਸੀ ਅਤੇ ਉਹਨਾਂ ਨੇ ਤਰਨ ਤਾਰਨ ਹਲਕੇ ਤੋਂ ਜਿਹੜੀ ਆ ਚੋਣ ਲੜੀ ਸੀ ਅਤੇ ਲਾਰਜੈਸਟ ਵੋਟਾਂ ਦੇ ਨਾਲ ਜਿਹੜਾ ਪੋਰਸ਼ਨ ਆਫ ਵੋਟਸ ਉਹਨਾਂ ਨੂੰ ਮਿਲਿਆ ਸੀ। ਜਗਤਾਰ ਸਿੰਘ ਹਵਾਰਾ ਦੇ ਨਾਲ ਕੋਈ ਗੱਲਬਾਤ ਹੋਈ? ਅੰਦਰੋਂ ਕੋਈ ਉਹਨਾਂ ਦਾ ਸੁਨੇਹਾ ਆਇਆ? ਚੋਣਾਂ ਨੂੰ ਲੈ ਕੇ ਕੀ ਕਹਿ ਰਹੇ ਨੇ? ਕਿ ਜਿੰਨਾ ਤੱਕ ਕੌਮੀ ਸਾਹਿਬ ਮੋਰਚਾ ਚੱਲਦਾ ਹੈਗਾ ਅਸੀਂ ਪੋਲੀਟਿਕਸ ਤੋਂ ਨਿਊਟਰਲ ਰਹਿਣਾ। ਜੇਕਰ ਕੋਈ ਵੀ ਸਿਆਸੀ ਲੀਡਰ ਜੇਲ੍ਹ ਦੇ ਵਿੱਚ ਬੰਦ ਹੈ ਜਾਂ ਉਸਨੂੰ ਸਜ਼ਾ ਹੋਈ ਹੋਈ ਹੈ ਜਾਂ ਫਿਰ ਉਸ 'ਤੇ ਕੋਈ ਹੋਰ ਕ੍ਰਿਮੀਨਲ ਕੇਸ ਦਰਜ ਹੈ, ਕਿ ਅਜਿਹੇ ਦੇ ਵਿੱਚ ਉਹ ਚੋਣ ਲੜ ਸਕਦਾ ਹੈ? ਅਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਨੇ ਵੀ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ ਕਿ ਉਹ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨਗੇ। ਉਹਨਾਂ ਦੇ ਉੱਤੇ NSA ਲੱਗੀ ਹੋਈ ਆ, ਇਸ ਸਮੇਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ, ਤਾਂ ਅਜਿਹੇ ਹਾਲਾਤਾਂ ਦੇ ਵਿੱਚ ਉਹ ਚੋਣ ਲੜ ਸਕਦੇ ਨੇ ਜਾਂ ਨਹੀਂ? ਕੀ ਉਹਨਾਂ ਨੂੰ ਕੋਈ ਕਾਨੂੰਨੀ ਪੇਚ ਦਾ ਵੀ ਸਾਹਮਣਾ ਕਰਨਾ ਪੈ ਸਕਦਾ? ਕਾਨੂੰਨੀ ਪੇਚ ਵੀ ਕੋਈ ਫਸ ਸਕਦਾ ਹੈ? ਇਸ ਬਾਰੇ ਅਸੀਂ ਬਰੀਕੀ ਦੇ ਨਾਲ ਜਾਣਕਾਰੀ ਦੇਵਾਂਗੇ। ਸਾਡੇ ਨਾਲ ਵਕੀਲ ਦਲਸੇਰ ਸਿੰਘ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਕੀਲ ਸਾਹਿਬ ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਮਿਹਰਬਾਨੀ ਜੀ। ਪਹਿਲਾਂ ਤਾਂ ਇੱਕ ਗੱਲ ਦੱਸੋ, ਅੰਮ੍ਰਿਤਪਾਲ ਸਿੰਘ ਇਸ ਸਮੇਂ ਡਿਬਰੂਗੜ੍ਹ ਦੀ ਜੇਲ੍ਹ 'ਚ ਬੰਦ ਨੇ, NSA ਉਹਨਾਂ ਦੇ ਉੱਤੇ ਲੱਗੀ ਹੋਈ ਆ, ਉਹਨਾਂ ਨੇ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਲੋਕ ਸਭਾ ਦੀ ਚੋਣ, ਕੀ ਅਜਿਹੇ ਦੇ ਵਿੱਚ ਉਹ ਚੋਣ ਲੜ ਸਕਦੇ ਨੇ? ਕੋਈ ਕਾਨੂੰਨੀ ਪੇਚ ਤਾਂ ਨਹੀਂ ਫਸੇਗਾ? ਦੇਖੋ ਜੀ, ਜਿੱਥੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਤੁਸੀਂ ਗੱਲ ਕਰਦੇ ਆ ਖਡੂਰ ਸਾਹਿਬ ਤੋਂ ਚੋਣ ਲੜਨ ਦੀ, ਉਹਨਾਂ ਦਾ ਕੋਈ ਲੀਗਲ ਇੰਪੀਡੀਡੈਂਟ ਨਹੀਂ ਬਣਦੀ, ਕੋਈ ਇੱਦਾਂ ਦੀ ਹਡਲ ਨਹੀਂ ਹੈਗੀ ਕਾਨੂੰਨੀ ਤੌਰ 'ਤੇ ਕਿ ਉਹ ਚੋਣ ਨਾ ਲੜ ਸਕਣ। ਖਾਸ ਕਰਕੇ ਉਹ ਬੰਦੇ ਚੋਣ ਲੜ ਸਕਦੇ ਨੇ ਜਿਨ੍ਹਾਂ ਨੂੰ ਕਿਸੇ ਕੋਰਟ ਨੇ ਕਨਵਿਕਟ ਗਿਲਟੀ ਨਾ ਕੀਤਾ ਹੋਵੇ ਜਾਂ ਉਹ ਕਨਵਿਕਟਡ ਨਾ ਹੋਣ। ਸਰਦਾਰ ਅੰਮ੍ਰਿਤਪਾਲ ਸਿੰਘ ਇਸ ਵੇਲੇ ਕਿਸੇ ਵੀ ਕੇਸ ਦੇ ਵਿੱਚ ਕਨਵਿਕਟਡ ਨਹੀਂ ਹੈਗੇ, ਭਾਵ ਕਿ ਗਿਲਟੀ ਨਹੀਂ ਕਰਾਰ ਦਿੱਤੇ ਗਏ। ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਉਹਨਾਂ ਨੂੰ ਪ੍ਰਿਵੈਂਟਿਵ ਮੇਜਰ ਥੱਲੇ ਰੱਖਿਆ, ਕਿਸੇ ਤਰੀਕੇ ਉਹਨਾਂ ਨੂੰ ਕਿਸੇ ਵੀ ਕੇਸ 'ਚ ਦੋਸ਼ੀ ਨਹੀਂ ਠਹਿਰਾਇਆ ਗਿਆ। ਸੋ ਇਸ ਸਧਰਮ ਦੇ ਵਿੱਚ ਉਹ ਜਿਹੜੀ ਆ ਚੋਣ ਲੜਨ 'ਚ ਬਿਲਕੁਲ ਪਰਫੈਕਟ ਨੇ, ਐਲੀਜੀਬਲ ਨੇ। ਬਾਕੀ ਜਿੱਦਾਂ ਰਾਜਨੀਤੀਵਾਨ ਲੋਕ ਇਲੈਕਸ਼ਨ ਲੜਦੇ ਨੇ, ਆਪਣੇ ਨੋਮੀਨੇਸ਼ਨ ਭਰਦੇ ਨੇ, ਉਹਨਾਂ ਦੀ ਸਕਿਉਰਿਟੀ ਹੁੰਦੀ ਹੈ, ਉਸ ਹਿਸਾਬ ਨਾਲ ਉਹ ਆਪਣਾ ਸਾਰਾ ਪ੍ਰੋਸੀਜਰ ਅਡੋਪਟ ਕਰਕੇ ਇਲੈਕਸ਼ਨ ਲੜ ਸਕਦੇ ਨੇ। ਜਿਸ ਤਰ੍ਹਾਂ ਉਹਨਾਂ ਦੇ ਅਜਰਾਲਾ ਥਾਣੇ ਵਾਲਾ ਕੇਸ ਵੀ ਚੱਲ ਰਿਹਾ, ਉਹ ਵੀ FIR ਦਰਜ ਆ, ਕਿ ਜੇਕਰ ਉਹਦੇ 'ਤੇ ਟ੍ਰਾਇਲ ਚੱਲਦਾ ਕਿ ਅਜਿਹੇ ਦੇ ਵਿੱਚ ਉਹ ਵੀ ਕੋਈ ਅੜਚਨ ਪੈਦਾ ਹੋ ਸਕਦੀ? ਟ੍ਰਾਇਲ ਚੱਲਣਾ ਜਿਹੜਾ ਵਾ ਉਹ ਇੱਕ ਡਿਫਰੈਂਟ ਆਸਪੈਕਟ ਹੈ। ਜਿੰਨਾ ਤੱਕ ਟ੍ਰਾਇਲ ਦੀ ਕੰਪਲੀਸ਼ਨ ਨਹੀਂ ਹੁੰਦੀ, ਅਸੀਂ ਵਰਡ ਯੂਜ਼ ਕਰਦੇ ਹਾਂ ਅਕਿਊਜ਼ਡ। ਹਜੇ ਤੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਉਸ ਕੇਸ 'ਚ ਅਕਿਊਜ਼ ਮੰਨੇ ਜਾਣਗੇ। ਅਕਿਊਜ਼ ਦਾ ਮਤਲਬ ਇਹ ਹੈ ਕਿ ਉਹ ਦੋਸ਼ੀ ਨਹੀਂ ਹੈਗੇ, ਸ਼ੱਕ ਹੈ ਉਹਨਾਂ 'ਤੇ। ਜਿੰਨਾ ਤੱਕ ਟ੍ਰਾਇਲ ਕੰਕਲੂਡ ਨਹੀਂ ਹੁੰਦਾ, ਜੱਜ ਸਾਹਿਬ ਦਾ ਜਾਂ ਕੋਰਟ ਦਾ ਫੈਸਲਾ ਨਹੀਂ ਆਉਂਦਾ, ਉਹਨਾਂ ਤੱਕ ਉਹ ਜਿਹੜੇ ਆ ਅਕਿਊਜ਼ ਨੇ ਉਹਨਾਂ ਨੂੰ ਹੱਕ ਹੈਗਾ ਚੋਣ ਲੜਨ ਦਾ। ਤੁਹਾਨੂੰ ਇਗਜ਼ਾਮਪਲ ਵਜੋਂ ਕਈ ਇਗਜ਼ਾਮਪਲਸ ਨੇ ਕਿ ਇੱਦਾਂ, ਸਭ ਤੋਂ ਵੱਡੀ ਇਗਜ਼ਾਮਪਲ ਸਾਡੇ ਇਲਾਕੇ ਦੀ ਹੈਗੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ। 79 ਦੀ ਜਿਹੜੀ ਇਲੈਕਸ਼ਨ ਆ ਬੜੀ
ਇੰਪੋਰਟੈਂਟ ਇਲੈਕਸ਼ਨ ਆ, ਹਿਸਟੋਰੀਕਲ ਇਲੈਕਸ਼ਨ ਆ, ਕਿ ਸਿਮਰਨਜੀਤ ਸਿੰਘ ਮਾਨ ਜੀ ਜੇਲ੍ਹ 'ਚ ਬੰਦ ਸੀ ਅਤੇ ਉਹਨਾਂ ਨੇ ਤਰਨ ਤਾਰਨ ਹਲਕੇ ਤੋਂ ਜਿਹੜੀ ਆ ਚੋਣ ਲੜੀ ਸੀ ਅਤੇ ਲਾਰਜੈਸਟ ਵੋਟਾਂ ਦੇ ਨਾਲ ਜਿਹੜਾ ਪੋਰਸ਼ਨ ਆਫ ਵੋਟਸ ਉਹਨਾਂ ਨੂੰ ਮਿਲਿਆ ਸੀ ਅਤੇ ਉਹ ਉੱਥੋਂ ਜਿੱਤ ਕੇ ਜਿਹੜੇ ਬਾਹਰ ਆਏ ਸੀ। ਕਈ ਲੋਕ ਸੋਚਦੇ ਨੇ ਕਿ ਉਹਨਾਂ ਦੇ ਤਾਂ NSA ਲੱਗੀ ਹੋਈ ਆ, ਕਈ ਲੋਕਾਂ ਦੇ ਸਵਾਲ ਵੀ ਉੱਠ ਰਹੇ ਨੇ ਜਾਂ ਕੋਈ ਮੈਸੇਜ ਵੀ ਵਾਇਰਲ ਹੋ ਰਹੇ ਨੇ ਕਿ ਉਹ ਚੋਣ ਨਹੀਂ ਲੜ ਸਕਦੇ, ਜਹਾਂ ਕੋਈ ਅੜਚਨ ਹੈ ਕਿ NSA ਲੱਗੀ ਹੋਵੇ ਕਿ ਉਹ ਅੜਚਨ ਪੈਦਾ ਕਰ ਸਕਦੀ ਹੈ। ਦੇਖੋ ਭਾਈ, ਅੰਮ੍ਰਿਤਪਾਲ ਸਿੰਘ ਬੜੇ ਸਿਆਣੇ ਆਗੂ ਨੇ ਸਿੱਖ ਕੌਮ ਦੇ, ਇਸ ਵੇਲੇ ਉਹਨਾਂ ਨੇ ਵਾਹਵਾ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ, ਖਾਸ ਕਰਕੇ ਜਿਹੜਾ ਬੰਦਾ ਇੰਨੀ ਸੋਝੀ ਰੱਖਦਾ ਕਿ ਮੈਂ ਪੋਲੀਟੀਕਲ ਲਾਈਨ ਦੇ ਵਿੱਚ ਜਾ ਕੇ ਲੋਕਾਂ ਦੇ ਮੁਸ਼ਕਲਾਂ ਦਾ ਹੱਲ ਕਰਨਾ ਜਾਂ ਪੰਥ ਦੀ ਚੜ੍ਹਦੀ ਕਲਾ ਕਰਨੀ ਆ, ਉਹ ਐਡਾ ਵੱਡਾ ਸਟੈਪ ਸੋਚ ਸਮਝ ਕੇ ਲਏਗਾ। ਹਾਲਾਂਕਿ ਉਹਨਾਂ ਕੋਲ ਬੜਾ ਵੱਡਾ ਲੀਗਲ ਪੈਨਲ ਹੈਗਾ, ਬੜੇ ਸਿਆਣੇ ਵਕੀਲ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਆ, ਆਪ ਵੀ ਉਹਨਾਂ ਨੂੰ ਕਾਨੂੰਨ ਦੀ ਸਮਝ ਹੈਗੀ, ਇਸ ਕਰਕੇ ਉਹ ਇੱਦਾਂ ਦੀ ਗੱਲ ਨਹੀਂ ਕਰਨਗੇ ਕਿ ਐਲਾਨ ਕਰਕੇ ਅਤੇ ਕੋਈ ਲੀਗਲ ਇੰਪੀਡਮੈਂਟ ਤੋਂ ਬਾਅਦ ਬਾਵਜੂਦ ਵੀ ਐਲਾਨ ਕਰਨ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਡਿਸੀਜਨ ਆ ਬਹੁਤ ਵਧੀਆ, ਇਲੈਕਸ਼ਨ ਲੜਨਾ ਚਾਹੀਦਾ ਔਰ ਸੰਗਤ ਉਹਨਾਂ ਦਾ ਸਾਥ ਦੇਵੇ ਇਸ ਇਲੈਕਸ਼ਨ ਦੇ ਵਿੱਚ। ਜਿਸ ਤਰ੍ਹਾਂ ਕਈ ਲੀਡਰਾਂ ਨੂੰ ਮੰਨ ਲਓ ਸਜ਼ਾ ਹੋ ਜਾਂਦੀ ਆ, ਕੋਈ ਵੀ ABC ਲਾ ਲਓ, ਕੋਈ ਵੀ ਹੈ ਲੀਡਰ, ਕੋਈ ਸਜ਼ਾ ਹੋ ਜਾਂਦੀ ਆ, ਫਿਰ ਸਜ਼ਾ ਹੋਣ ਤੋਂ ਬਾਅਦ ਕਾਨੂੰਨ ਕੀ ਕਹਿੰਦਾ ਕਿ ਕਿੰਨੇ ਸਾਲ ਤੱਕ ਉਹ ਚੋਣ ਨਹੀਂ ਲੜ ਸਕਦਾ ਕੋਈ ਵੀ? ਦੇਖੋ, ਇੱਕ ਇਹਦੇ 'ਚ ਇਗਜ਼ਾਮਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੇਣਾ ਕਿ ਡੈਫਾਮੇਸ਼ਨ ਕ੍ਰਿਮੀਨਲ ਕੇਸ 'ਚ ਜਿਹੜੇ ਰਾਹੁਲ ਗਾਂਧੀ ਉਹਨਾਂ ਨੂੰ ਸਜ਼ਾ ਹੋਈ ਸੀ ਸੂਰਤ ਵਾਲੇ ਕੇਸ 'ਚ, ਉਹਨਾਂ ਨੂੰ 2 ਸਾਲ ਜਿਹੜੀ ਡੈਫਾਮੇਸ਼ਨ ਦੀ ਕੇਸ ਆ 2 ਸਾਲ ਤੋਂ ਘੱਟ ਹੈ ਅਤੇ 6 ਸਾਲ ਲਈ ਉਹਨਾਂ ਨੂੰ ਬਾਹਰ ਕੀਤਾ ਗਿਆ ਸੀ। ਸੋ ਜੇ ਜਿਹੜਾ ਕਨਵਿਕਟਡ ਹੋ ਜਾਂਦਾ, ਜਿਹਦੀ ਸਜ਼ਾ ਜਿਹੜੀ ਹੈ 2 ਸਾਲ ਤੋਂ, ਸੋਰੀ, ਉੱਪਰ ਹੋਵੇ, ਮੈਂ ਘੱਟ ਵਰਡ ਯੂਜ਼ ਕਰ ਗਿਆ, 2 ਸਾਲ ਤੋਂ ਉੱਪਰ ਹੋਵੇ, ਉਹਨੂੰ 6 ਸਾਲ ਲਈ ਕੰਟੀਨਿਊਸਲੀ ਬਾਹਰ ਹੋਣਾ ਪਏਗਾ। 6 ਸਾਲ ਜੇ ਉਹਨੂੰ 2 ਸਾਲ ਤੋਂ ਜ਼ਿਆਦਾ ਸਜ਼ਾ ਹੁੰਦੀ ਹੈ, 2.5-3 ਸਾਲ ਜੋ ਵੀ ਹੁੰਦੀ ਆ, ਤਾਂ ਉਸ ਤੋਂ ਅੱਗੇ ਉਹ ਜਾਣੀ ਕਿ 3 ਸਾਲ ਤੱਕ ਲੜ ਨਹੀਂ, 6 ਸਾਲ ਤੱਕ, 6 ਸਾਲ ਤੱਕ ਚੋਣ ਨਹੀਂ ਲੜ ਪਾਏ, ਇਹ ਜਿਹੜੀ ਉਹਨੂੰ ਬਾਹਰ ਹੋ ਜਾਂਦਾ। ਇੱਕ ਇਸ ਤੋਂ ਅੱਗੇ ਵੀ ਇਹ ਹੈਗਾ ਕਿ ਜਿਹੜੇ ਜਿੱਦਾਂ ਮੋਰਲ ਟ੍ਰੈਪਟੀਟਿਊਡ ਨਾਲ ਜਿਹੜੀਆਂ ਓਫੈਂਸਿਸ ਨੇ, ਜਿੱਦਾਂ ਰੇਪ ਕੇਸ ਹੈਗਾ ਜਾਂ ਬਹੁਤ ਸੀਰੀਅਸ ਡਰੱਗ ਕੇਸਿਸ ਨੇ ਜਿਹਦੇ ਵਿੱਚ ਮਰਡਰ ਕੇਸਿਸ ਆ ਜਾਂਦੇ ਨੇ, ਉਹਨਾਂ ਕੇਸਿਸ ਦੇ ਵਿੱਚ ਜਦੋਂ ਤੁਹਾਡੇ ਸਜ਼ਾ ਯਾਫਤਾ ਹੋ ਜਾਂਦੇ ਹੋ ਅਤੇ ਉਹਨਾਂ ਕੇਸਾਂ ਦੇ ਵਿੱਚ ਤਾਂ ਬਹੁਤ ਵੱਡੀ ਮੁਸ਼ਕਲ ਆ ਕਿ ਤੁਹਾਨੂੰ ਜਿਹੜੀ ਚੋਣ ਲੜਨ ਦਾ, ਇੱਕ ਤਾਂ ਮੋਰਲੀ ਤੁਸੀਂ ਜਿੱਦਾਂ ਜੇ ਕੋਈ ਰੇਪ ਦਾ ਵਿਕਟਮ, ਜਿਹੜਾ ਰੇਪ ਦਾ ਅਕਿਊਜ਼ ਆ ਜਾਂ ਕਨਵਿਕਟ ਆ, ਉਹਨੂੰ ਇਹ ਹੱਕ ਨਹੀਂ ਮਿਲਣਾ ਚਾਹੀਦਾ ਕਿ ਉਹ ਇੱਕ ਏਡੀ ਵੱਡੀ ਜਿਹੜੀ ਲੈਜਿਸਲੇਟਿਵ ਬੋਡੀ ਆ ਜਾਂ ਵਿਧਾਨ ਪਾਲਿਕਾ ਵਾ, ਉਹਦੇ 'ਚ ਜਾ ਕੇ ਕਾਨੂੰਨ ਜਿਹੜਾ ਇਹ ਇਹਦਾ ਦਾ ਕਾਨੂੰਨ ਜ਼ਰੂਰ ਬਣਨਾ ਚਾਹੀਦਾ, ਉਹਦੇ 'ਚ ਬਾਹਰ ਨਹੀਂ ਆਉਣਾ ਚਾਹੀਦਾ। ਅਜਿਹਾ ਕੋਈ ਹੈ ਜੇਕਰ ਕਿਸੇ 'ਤੇ ਲੀਡਰ 'ਤੇ ਮੰਨ ਲਓ ਕਤਲ ਦਾ ਕੇਸ ਚੱਲ ਰਿਹਾ ਕੋਈ, ਹੈ ਨਾ, ਉੱਥੇ ਕਿ ਉਹ ਚੋਣ ਲੜ ਸਕਦਾ ਫਿਰ ਵੀ? ਬੜੀ ਅਚੰਭੇ ਦੀ ਗੱਲ ਆ ਕਿ ਸਾਡੀ ਜਿਹੜੀ ਹਾਫ ਆਫ ਦੀ ਲੋਕ ਸਭਾ ਦੀ ਜਿਹੜੀ ਮੈਂਬਰ ਪਾਰਲੀਮੈਂਟਸ ਨੇ, ਉਹਨਾਂ ਦੇ ਕ੍ਰਿਮੀਨਲ ਕੇਸ ਚੱਲਦੇ ਨੇ ਔਰ ਕਈਆਂ ਦੇ ਬੜੇ ਹੀਨੀਅਸ ਕ੍ਰਾਈਮਸ ਨੇ, ਮਰਡਰਸ 'ਤੇ। ਅੰਸਾਰੀ ਸਾਹਿਬ ਦਾ ਤੁਸੀਂ ਜ਼ਿਕਰ, ਜਿਹਨਾਂ ਦੀ ਪਿੱਛੇ 'ਚ ਮੌਤ ਹੋਈ ਆ, ਉਹਨਾਂ ਦੇ ਨੰਬਰ ਆਫ ਕੇਸਿਸ ਜਿਹੜੇ ਮਰਡਰ ਦੇ ਸੀ ਜਾਂ ਲੁੱਟ ਦੇ ਸੀ ਜਾਂ 307 ਦੇ ਸੀ, ਬਟ ਉਹ MP ਰਹੇ ਸੀ। ਸੋ ਇਹਨਾਂ ਦੀਆਂ ਜਿਹੜੀ ਹਜੇ ਤੱਕ ਕੋਈ ਲੂਪ ਹੋਲ ਨਹੀਂ ਆ ਸਕਿਆ ਜਾਂ ਇਹਨਾਂ ਦਾ ਅੜੀਕਾ ਨਹੀਂ ਹਜੇ ਤੱਕ ਬਣ ਸਕਿਆ ਕਿ ਇਹਨਾਂ ਕ੍ਰਿਮੀਨਲਸ ਨੂੰ ਜਿਹੜਾ ਬਾਹਰ ਕੀਤਾ ਜਾਵੇ। ਹਾਲਾਂਕਿ ਇੱਥੇ ਤੱਕ ਇੱਕ ਗੱਲ ਆਈ ਆ ਕਿ ਜਿਹੜੇ ਪੋਲੀਟੀਸ਼ੀਅਨਸ 'ਤੇ ਕੇਸ ਹੈਗੇ ਨੇ, ਖਾਸ ਕਰਕੇ ਕੋਰਟਾਂ ਦੇ ਵਿੱਚ ਪੈਂਡਿੰਗ ਨੇ ਲੰਬੇ ਸਮੇਂ 'ਤੇ, ਉਹਨਾਂ ਨੂੰ ਇਹ ਡਾਇਰੈਕਸ਼ਨਸ ਨੇ ਸੁਪਰੀਮ ਕੋਰਟ ਵੱਲੋਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਮੋਨੀਟਰ ਕੀਤਾ ਜਾਣਾ ਚਾਹੀਦਾ, ਸੋ ਡੈਟ ਕਿ ਇਹਨਾਂ ਨੂੰ ਜਿਹੜਾ ਫੇਟ ਇਹਨਾਂ ਦਾ ਕਲੀਅਰ ਹੋਵੇ ਕਿ ਇਹ 6 ਮਹੀਨੇ ਤੱਕ ਬਾਹਰ ਹੁੰਦੇ ਆ ਕਿ ਨਹੀਂ ਹੁੰਦੇ, ਕੋਈ ਪਰਮਾਨੈਂਟਲੀ ਰੋਕ ਨਹੀਂ ਹੈਗੀ। ਔਰ ਬੜੀ ਜਿਹੜੀ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਹਾਸੋਹਣੀ ਗੱਲ ਹੈ ਕਿ
ਬਹੁਤੇ ਜ਼ਿਆਦਾ ਜਿਹੜੇ ਕ੍ਰਿਮ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਬਹੁਤ ਜ਼ਿਆਦਾ ਕ੍ਰਿਮੀਨਲ ਕੇਸਿਸ ਦਰਜ ਨੇ। ਉਹ ਅਲੱਗ ਗੱਲ ਕਿ ਕੁਛ ਪੋਲੀਟੀਕਲੀ ਮੋਟੀਵੇਟਡ ਵੀ ਦਰਜ ਹੋ ਜਾਂਦੇ ਨੇ, ਜਿੱਦਾਂ ਸੁਖਪਾਲ ਸਿੰਘ ਖਹਿਰਾ 'ਤੇ ਜਿਹੜਾ ਇੱਕ ਪੁਰਾਣਾ ਕੇਸ ਸੀ ਉਹਨੂੰ ਅਰੈਸਟ ਕਰ ਲੈਣਾ, ਇੱਦਾਂ ਵੀ ਕਈ ਵਾਰ ਹੋ ਜਾਂਦਾ। ਜਾਂ ਕਈ ਵਾਰੀ ਬਾਈ ਨੇਚਰ ਹੀ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਜਿਹੜਾ ਇਸ ਸਿਸਟਮ ਦੇ ਵਿੱਚ ਫਾਲ ਕਰ ਜਾਂਦੇ ਨੇ, ਜਾਂ ਡਰੱਗ ਕੇਸਿਸ 'ਚ ਫਾਲ ਕਰਦੇ ਆ, ਜਾਂ ਉਹ ਜਿਹੜੀ ਉਹਨਾਂ ਦੀ ਹੋਰ ਜਿਹੜਾ ਮਸਲਸਮੈਨ ਦੇ ਨਾਲ ਕੋਈ ਨਾ ਕੋਈ ਕੰਟੈਕਟਸ ਹੁੰਦੇ ਨੇ, ਅਤੇ ਇਸ ਕਰਕੇ ਉਹਨਾਂ ਦੀ ਜਿਹੜੀ ਇਹ ਬਦਕਿਸਮਤੀ ਆ ਸਾਡੀ ਡੈਮੋਕ੍ਰੇਟਿਕ ਕੰਟਰੀ ਦੀ ਕਿ ਬਹੁਤੇ ਜੈਂਟਲਮੈਨਸ ਦੀ ਗੇਮ ਨਹੀਂ ਰਹਿ ਗਈ ਪੋਲੀਟਿਕਸ, ਅਤੇ ਇਹ ਜਿਹੜੀ ਮਸਲਸਮੈਨਸ ਦੀ ਜਾਂ ਜਿਹੜੇ ਕ੍ਰਿਮੀਨਲਸ ਦੀ ਉਹਨਾਂ ਦੀ ਗੇਮ ਬਣ ਗਈ। ਇਹ ਤਾਂ ਤੁਸੀਂ ਦੱਸਿਆ ਵੀ ਕਾਨੂੰਨ ਕੀ ਕਹਿੰਦਾ, ਤੁਸੀਂ ਕੌਮੀ ਇਨਸਾਫ਼ ਮੋਰਚੇ ਦੇ ਆਗੂ ਵੀ ਹੋ, ਕੀ ਜਗਤਾਰ ਸਿੰਘ ਹਵਾਰਾ ਦੇ ਨਾਲ ਕੋਈ ਗੱਲਬਾਤ ਹੋਈ, ਅੰਦਰੋਂ ਕੋਈ ਉਹਨਾਂ ਦਾ ਸੁਨੇਹਾ ਆਇਆ, ਚੋਣਾਂ ਨੂੰ ਲੈ ਕੇ ਕੀ ਕਹਿ ਰਹੇ ਨੇ? ਦੇਖੋ ਜੀ, ਜਦੋਂ ਦਾ ਕੌਮੀ ਇਨਸਾਫ਼ ਮੋਰਚਾ ਲੱਗਿਆ ਅਸੀਂ ਨਿਰੰਤਰ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਟੱਚ 'ਚ ਹਾਂ। ਇੱਕ ਮਹੀਨੇ 'ਚ ਦੋ ਦਫ਼ਾ ਜਾਂ ਇੱਕ ਦਫ਼ਾ ਜਾਣ ਦਾ ਮੌਕਾ ਮਿਲਦਾ। ਇਹ ਗੱਲ ਸਾਡੇ ਕੋਲ ਕਲੀਅਰ ਇੰਸਟਰਕਸ਼ਨਸ ਨੇ ਜਥੇਦਾਰ ਸਾਹਿਬ ਦੀਆਂ ਕਿ ਜਿਹਨਾਂ ਤੱਕ ਕੌਮੀ ਇਨਸਾਫ਼ ਮੋਰਚਾ ਚੱਲਦਾ ਹੈ ਅਸੀਂ ਪੋਲੀਟਿਕਸ ਤੋਂ ਨਿਊਟਰਲ ਰਹਿਣਾ, ਅਸੀਂ ਕਿਸੇ ਪੋਲੀਟੀਕਲ ਮੂਵਮੈਂਟ ਦੇ ਵਿੱਚ ਪਾਰਟੀਸਪੇਟ ਨਹੀਂ ਕਰਨਾ, ਨਾ ਹੀ ਸਾਡੇ ਕੋਈ ਜਿਹੜੇ ਸੱਜਣ ਨੇ ਕੌਮੀ ਇਨਸਾਫ਼ ਮੋਰਚੇ ਦੇ ਜਿਹੜੇ ਉਹ ਕੋਈ ਪੋਲੀਟੀਕਲ ਪਾਰਟੀਜ਼ ਦੇ ਨਾਲ ਜੁੜਨ ਜਾਂ ਪਾਰਟੀਜ਼ ਬਣਾਉਣ ਜਾਂ ਚੋਣਾਂ 'ਚ ਪਾਰਟੀਸਪੇਟ ਕਰਨ, ਜਿਹਨਾਂ ਤੱਕ ਆਪਾਂ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਤਤਪਰ ਹੈਗੇ। ਜਿਸ ਤਰ੍ਹਾਂ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ, ਬੇਅਦਬੀ ਦੀ ਮੰਗ ਹੈ, ਬੰਦੀ ਸਿੰਘਾਂ ਦੀ ਰਿਹਾਈ ਆ, ਕੀ ਇਸ ਨੂੰ ਲੈ ਕੇ ਕੀ ਵੋਟਰਾਂ ਦੇ ਨਾਲ ਵੀ ਸੰਪਰਕ ਸਾਧੋਗੇ, ਪਿੰਡ ਪਿੰਡ ਜਾਵੋਗੇ, ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਨਾਲ ਸੰਪਰਕ ਕਰੋਗੇ? ਦੇਖੋ, ਕੌਮੀ ਇਨਸਾਫ਼ ਮੋਰਚਾ ਇੱਕ ਵੱਡਾ ਪਲੇਟਫਾਰਮ ਹੈਗਾ, ਇਹ ਬੜੀ ਜਿਹੜੀ ਵੱਡੀ ਗੱਲ ਹੈ ਕਿ ਕੌਮੀ ਇਨਸਾਫ਼ ਮੋਰਚੇ ਨੇ ਇੱਕ ਬੜਾ ਵੱਡਾ ਇੱਕ ਅਵੇਅਰਨੈਸ ਕੀਤੀ ਆ ਪੂਰੇ ਪੰਜਾਬ 'ਚ ਜਾਂ ਬਾਹਰਲੀਆਂ ਕੰਟਰੀਆਂ 'ਚ ਵੀ ਜਾਂ ਇੰਡੀਆ ਲੈਵਲ 'ਤੇ ਕਿ ਹਾਕਮਰਾਨ ਸਰਕਾਰ ਜਿਹੜੀ ਆ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ, ਖਾਸ ਕਰਕੇ ਸਟੇਟ ਪੋਲਿਸੀਜ਼ 'ਤੇ। ਸਟੇਟ ਪੋਲਿਸੀਜ਼ 'ਤੇ ਜਿੱਦਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਇੱਦਾਂ ਹੋਰ ਵੀ ਕਈ ਬੰਦੇ ਨੇ ਜਿਹੜੇ ਪੋਲੀਟੀਕਲੀ ਜੇਲ੍ਹਾਂ 'ਚ ਬੰਦ ਸੀ। ਫੋਰ ਦੀ ਐਗਜ਼ਾਮਪਲ, ਰਾਜੀਵ ਗਾਂਧੀ ਦੇ ਅਸੈਸੀਨੇਟਰ ਸੀ, ਉਹ ਪੋਲੀਟੀਕਲ ਪੋਲਿਸੀ ਤਹਿਤ ਹੀ ਬਾਹਰ ਆਏ ਨੇ। ਜਦੋਂ ਉਹਨਾਂ ਦੀ ਇੱਕ ਲੈਜਿਸਲੇਟਿਵ ਅਸੈਂਬਲੀ ਇਹ ਮਤਾ ਪਾ ਦਿੰਦੀ ਹੈ ਕਿ ਇਹ ਬੰਦਿਆਂ ਨੂੰ ਜਿਹੜਾ ਹਿਊਮਨਟੇਰੀਅਨ ਗਰਾਊਂਡ 'ਤੇ ਛੱਡ ਦੇਣਾ ਚਾਹੀਦਾ, ਇਹਨਾਂ ਦੀ 26-26 27-27 ਸਾਲ ਜੇਲ੍ਹਾਂ ਕੱਟ ਲਈਆਂ, ਅਤੇ ਇੱਦਾਂ ਦੀ ਸਟੇਟ ਪੋਲਿਸੀ ਸਿੱਖਾਂ ਲਈ ਨਹੀਂ ਜਿਹੜੀ ਵਰਤੀ ਜਾ ਰਹੀ, ਹਾਲਾਂਕਿ ਹੈਗੀ ਆ। ਹੁਣ ਜਿਹੜੀ ਚੰਡੀਗੜ੍ਹ ਜੇਲ੍ਹ ਹੈਗੀ ਹੈ ਜਿੱਥੇ ਬੇਅੰਤ ਸਿੰਘ ਮਰਡਰ ਕੇਸ 'ਤੇ ਬਹੁਤੇ ਜਿਹੜੇ ਕਨਵਿਕਸ ਨੇ ਬੰਦ ਨੇ, ਜਿੱਦਾਂ ਭਾਈ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਉਹਨਾਂ ਸਾਰਿਆਂ ਲਈ ਇਹ ਸਟੇਟ ਪੋਲਿਸੀ ਵਰਤੀ ਜਾ ਸਕਦੀ ਆ, ਕਿਉਂਕਿ ਇਹ ਕਾਨੂੰਨ ਕਹਿੰਦਾ ਕਿ ਜਿਹੜੇ ਬੰਦੇ ਨੇ ਲਾਈਫ ਦੀ ਜਿਹਨੂੰ ਸਜ਼ਾ ਹੋਈ ਆ ਸਿੰਪਲ ਲਾਈਫ ਦੀ, ਉਹਦੇ ਲਈ ਸਟੇਟ ਪੋਲਿਸੀ ਡਿਸਾਈਡ ਕਰੇ ਵੀ ਉਹਨਾਂ ਦਾ ਕੰਡਕਟ ਜੇਲ੍ਹ 'ਚ ਕਿੱਦਾਂ ਦਾ, ਬਾਹਰ ਆਚਰਨ ਕਿੱਦਾਂ ਦਾ, ਅਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਪਰ ਇਹ ਇੱਕ ਯੂਨੀਕ ਕੇਸ ਬਣਾ ਦਿੱਤਾ ਕਿ ਇਹਨਾਂ ਦੀਆਂ ਜੇਲ੍ਹ ਦੀਆਂ ਰਿਪੋਰਟਾਂ, ਜੇਲ੍ਹ ਦੇ ਕੰਡਕਟਸ ਗੁੱਡ ਨੇ, ਬਾਹਰ ਦੀਆਂ ਰਿਪੋਰਟਾਂ ਕੋਈ ਸ਼ਿਕਾਇਤ ਨਹੀਂ ਹੈਗੀ, ਪਰ ਫਿਰ ਵੀ ਇਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਕੌਮੀ ਇਨਸਾਫ਼ ਮੋਰਚੇ ਨੇ ਬਹੁਤ ਵੱਡੀ ਇੱਕ ਜਿਹੜੀ ਹੈ ਲੋਕਾਂ 'ਚ ਕਰ ਕੀਤੀ ਹੈ ਗੱਲ ਕਿ ਸਟੇਟ ਭਾਵੇਂ ਕਿਸੇ ਵੀ ਗਵਰਨਮੈਂਟ ਦੀ ਬਣੀ ਆ, ਉਹ ਸਿੱਖਾਂ ਨੂੰ ਡਿਸਕ੍ਰਿਮੀਨੇਟ ਕਰਦੀ ਆ। ਦੂਜੀ ਗੱਲ ਜਿਹੜੀ ਬੇਅਦਬੀਆਂ ਨੂੰ ਲੈ ਕੇ, ਇਹ ਗੱਲ ਵੀ ਘਰ ਘਰ ਪਹੁੰਚ ਗਈ ਹੈ ਵੀ ਸਿੱਖਾਂ ਦਾ ਇਸ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹਨੂੰ ਪ੍ਰੋਟੈਕਟ ਕਰਨ ਲਈ ਕੋਈ ਵੀ ਸਰਕਾਰ ਤਤਪਰ ਨਹੀਂ ਹੈਗੀ। ਹਾਲਾਂਕਿ ਹਰ ਕੋਈ ਬੰਦਾ ਇਸ ਨੂੰ ਰਾਜਨੀਤੀ ਦੇ ਤੌਰ 'ਤੇ ਵਰਤਦਾ ਕਿ ਮੈਂ ਬੰਦੀ ਜਿਹੜਾ ਬੇਅਦਬੀ ਦੇ ਦੋਸ਼ੀਆਂ ਨੂੰ
24 ਘੰਟਿਆਂ ਦੀ ਜੇਲ੍ਹ 'ਚ ਅੰਦਰ ਕਰ ਦਾਂਗਾ ਜਾਂ ਮੈਂ ਉਹ ਬੇਅਦਬੀ ਦੇ ਕੇਸਾਂ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਕਰ ਦਾਂਗਾ, ਪਰ ਕਰਨ ਨੂੰ ਕੋਈ ਵੀ ਤਿਆਰ ਨਹੀਂ ਹੈਗਾ। ਇਸ ਕਰਕੇ ਇਹ ਵੀ ਘਰ ਘਰ ਗੱਲ ਹੈਗੀ ਆ, ਖਾਸ ਕਰਕੇ ਪੰਜਾਬ 'ਚ, ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਰਾਜਨੀਤੀ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ 'ਤੇ ਜਿਹੜਾ ਠੋਸ ਕਾਨੂੰਨ ਦੀ ਮੰਗ ਤੋਂ ਬਾਵਜੂਦ ਵੀ ਕਾਨੂੰਨ ਨਾ ਬਣਾਉਣ ਵਾਲੇ, ਉਹਨਾਂ ਨੂੰ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ, ਇਹ ਕੌਮੀ ਇਨਸਾਫ ਮੋਰਚਾ ਪਹਿਲਾਂ ਹੀ ਬਾਬਾ ਮੇਰਨੇਸ ਕਰ ਚੁੱਕਿਆ। ਬਾਕੀ ਜੋ ਸਾਡਾ ਕੌਮੀ ਇਨਸਾਫ ਮੋਰਚਾ ਦੀ ਕੋਰ ਕਮੇਟੀ ਆ, ਤਾਲਮੇਲ ਕਮੇਟੀ ਆ, ਉਹਦੇ 'ਚ ਅਸੀਂ ਤਾਂ ਵਕੀਲ ਦੇ ਤੌਰ 'ਤੇ ਖਾਸ ਕਰਕੇ ਸਰਦਾਰ ਅਮਰ ਸਿੰਘ ਚਹਿਲ ਅਤੇ ਮੈਂ ਖੁਦ ਇਹ ਵਿਚਾਰ ਰੱਖਿਆ ਸੀ ਕਿ ਸਾਨੂੰ ਕੌਨਸਟੀਚੁਐਂਸੀ ਵਾਈਜ਼ ਡਿਊਟੀਆਂ ਲਾ ਦੇਣੀਆਂ ਚਾਹੀਦੀਆਂ, ਜਿਹਨੂੰ ਜਿਹੜੀ ਕੌਨਸਟੀਚੁਐਂਸੀ ਜ਼ਿਆਦਾ ਸੂਟ ਕਰਦੀ ਆ ਉਸ ਕੌਨਸਟੀਚੁਐਂਸੀ ਦੇ ਵਿੱਚ ਜਾ ਕੇ ਘੱਟੋ ਘੱਟ ਬੰਦੀ ਸਿੰਘਾਂ ਦੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ, ਅਤੇ ਲੋਕਾਂ ਨੂੰ ਯਾਦ ਕਰਾਉਣਾ ਚਾਹੀਦਾ ਕਿ ਇਹ ਜਿਹੜੇ ਰਾਜਨੀਤੀਵਾਨ ਨੇ, ਇਹ ਜਿਹੜੇ ਲੋਕ ਲਾਰੇ ਲਾਉਂਦੇ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦਵਾਵਾਂਗੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਠੋਸ ਕਾਨੂੰਨ ਬਣਾਵਾਂਗੇ ਜਿਹਦੇ 'ਚ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਹੋਏਗੀ, ਉਹ ਸਾਰੇ ਝੂਠੇ ਨਿਕਲੇ ਨੇ। ਅਤੇ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾਈਏ ਜਿਹੜੇ ਇਸ ਗੱਲ 'ਤੇ ਹਜੇ ਵੀ ਤਤਪਰ ਨੇ, ਖਲੋਤੇ ਨੇ, ਅਤੇ ਨਾ ਕਿ ਉਹਨਾਂ ਨੂੰ ਪਾਈਏ ਜਿਹੜੇ ਸਾਨੂੰ ਇਸ ਗੱਲ 'ਤੇ ਉਲਝਾ ਕੇ ਪੋਲੀਟੀਕਲ ਫਾਇਦਾ ਲੈਂਦੇ ਰਹੇ ਨੇ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਇਹ ਸਨ ਵਕੀਲ ਸਾਹਿਬ, ਤਾਂ ਇਹਨਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦਾ ਕੋਈ ਕਾਨੂੰਨ ਕੀ ਕਹਿੰਦਾ ਹੈ, ਕਿ ਜਦੋਂ ਉਸਨੂੰ ਸਜ਼ਾ ਹੁੰਦੀ ਹੈ ਤਾਂ ਕਿੰਨੇ ਸਾਲ ਉਹ ਜਿਹੜਾ ਚੋਣ ਨਹੀਂ ਲੜ ਸਕਦਾ। ਉਹ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ NSA ਦੇ ਤਹਿਤ ਡਿਬਰੂਗੜ੍ਹ ਦੀ ਜ਼ਿਲ੍ਹੇ ਦੇ ਵਿੱਚ ਬੰਦ ਨੇ, ਤਾਂ ਉਹ ਉਹਨਾਂ ਨੂੰ ਚੋਣ ਲੜਨ ਦੀ ਆਜ਼ਾਦੀ ਆ। ਕਾਨੂੰਨ ਇਹ ਕਹਿੰਦਾ ਕਿ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਸਜ਼ਾ ਨਹੀਂ ਹੋਈ, ਤਾਂ ਇਸ ਕਰਕੇ ਉਹ ਉਹਨਾਂ ਦੀ ਚੋਣ ਲੜਨ ਦੇ ਵਿੱਚ ਕੋਈ ਵੀ ਕਾਨੂੰਨੀ ਪੇਚ ਆ ਜਿਹੜਾ ਉਹ ਨਹੀਂ ਫਸ ਸਕਦਾ। ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, TV ਚੰਡੀਗੜ੍ਹ।